ਬਾਗਦੀ ਸੋਈ ਵਰਸੀ ਦੇ ਸਮਾਗਮ ਚਪਰਾਸ਼ਪਤੀ ਦੇ ਪ੍ਰੋਗਰਾਮ ਚ ਸੀਐਮ ਕੈਪਟਨ ਨਹੀਂ ਗਏ ਸੀ ਜਿਹਨੂੰ ਲੈ ਕੇ ਉਹਨਾਂ ਨੇ ਇਹ ਸ਼ਬਦੀ ਹਮਲਾ ਬੁਲਾਇਆ ਤੇ ਦਰਸਲ ਮੋਦੀ ਦਾ ਕੈਪਟਨ ਤੇ ਇਹ ਵੱਡਾ ਹਮਲਾ ਵੇਖੜੋ ਬਿਲਿਆ ਸ਼ਿਰਨਗਰ ਚ ਇਹ ਗੱਲ ਕਹੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਬਾਰ ਫੇਰ ਤੋਂ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤਿੱਖਾ ਨਿਸ਼ਾਨਾ ਵਾਂਦੇ ਹੋਏ ਕਿਹਾ ਹੈ ਕਿ ਕੱਲ ਸ਼ਨੀਚਰਵਾਰ ਜਦੋਂ ਜਲੇਵਾਲਾ ਬਾਗ ਦੇ ਖੂਨੀ ਕਾਂਡ ਦੇ 100 ਸਾਲ ਪੂਰੇ ਹੁਣ ਮੌਕੇ ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ ਤਾਂ ਇਸ ਮੌਕੇ ਤੇ ਕਾਂਗਰਸ ਨੇ ਆਪਣੀ ਰਣਨੀਤੀ ਜੜੀਏ ਉਹ ਖੇਡ ਖੇਟੀ ਤੇ ਜਦੋਂ ਦੇਸ਼ ਵਿੱਚ ਉਪਰਾਸ਼ਪਤੀ ਬੈਂਕਾ ਨਾਡੂ ਆਯੋਜਿਤ ਪ੍ਰੋਗਰਾਮ 'ਚ ਪਹੁੰਚੇ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ ਇਸ ਤਰ੍ਹਾਂ ਦਾ ਉਹਨਾਂ ਨੇ ਪ੍ਰतिकਰਮ ਦਿੱਤਾ ਤੇ ਕੈਪਟਨ ਸਾਥ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰ ਦੀ ਧਰਤੀ 'ਚ ਫਿਲਹਾਲ ਜੁਟੇ ਹੋਏ ਸੀ ਹੋ ਆਪਣੇ ਪਰਿਵਾਰ ਦੀ ਭਗਤੀ ਕਰਨ ਚ ਤੇ ਰਾਹੁਲ ਗਾਂਧੀ ਨਾਲ ਜਲੀਵਲੇ ਬਾਗ ਗਏ ਪਰ ਉਹਣਾ ਨੇ ਉਪਰਾਸ਼ਪਤੀ ਨਾਲ ਜਾਣਾ ਠੀਕ ਨਹੀਂ ਸਮਝਿਆ ਦਰਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਨਗਰ ਦੇ ਕਠੂਆ ਚ ਇੱਕ ਰੈਲੀ ਦੇ ਦੌਰਾਨ ਇਹ ਸ਼ਬਦਾ ਦੇ ਤੀਰ ਛੱਡੇ ਨੇ